ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਠੀਕ ਹੋ? ਅਤੇ ਅੱਜ ਆਪਾਂ ਪੇਂਟਿੰਗ ਦੇ ਐਮਬਰਾਇਡਰੀ 'ਤੇ ਇੱਕ ਬੈੱਡਸ਼ੀਟ ਪੇਂਟ ਕੀਤੀ ਹੈ, ਉਹ ਤੁਹਾਡੇ ਨਾਲ ਡਿਜ਼ਾਇਨ ਸ਼ੇਅਰ ਕਰਦੇ ਹਾਂ, ਦੱਸਿਓ ਕਿਵੇਂ ਲੱਗੇ। ਆ ਦੇਖੋ, ਇਹ ਸੋਫਟ ਜੋਰਜੈਟ ਦਾ ਸੂਟ ਹੈ, ਇਹ ਫਰੋਕ ਸੂਟ ਰੈਡੀ ਕਰਵਾਇਆ ਉਹਨਾਂ ਨੇ। ਘੇਰੇ ਘੇਰੇ ਦੇ ਉੱਪਰ ਪੇਂਟ ਕੀਤਾ ਅਤੇ ਦੁਪੱਟਾ ਇਹਦੇ ਨਾਲ ਪਿਓਰ ਔਰਗੈਂਜ਼ਾ ਦਾ। ਠੀਕ ਹੈ ਜੀ, ਆ ਦੇਖੋ, ਇੱਕ ਸੈਕਿੰਡ ਮੈਂ ਦੂਸਰੀ ਸਾਈਡ ਕਰਦੀ ਹਾਂ। ਆ ਘੇਰੇ ਦੇ ਉੱਪਰ ਪੇਂਟ ਕੀਤਾ ਇਸ ਤਰ੍ਹਾਂ, ਵੇਲਾ ਪਾਈ ਫਲਾਵਰ ਉੱਪਰ ਤੱਕ। ਮੈਗੀ ਕਲਰ ਦਾ ਸੂਟ ਹੈ ਅਤੇ ਇਹਦੇ ਨਾਲ ਔਰਗੈਂਜ਼ਾ ਦਾ ਕੰਟਰਾਸਟ ਹੈਗਾ ਦੁਪੱਟਾ, ਸੈਮੀ ਔਰਗੈਂਜ਼ਾ ਦਾ ਦੁਪੱਟਾ ਹੈ। ਇਹਦੇ ਵੀ ਫੋਰ ਸਾਈਡ ਆਪਾਂ ਪੇਂਟ ਕੀਤਾ ਔਰਗੈਂਜ਼ਾ ਦੀ, ਪੁੱਠੀ ਸਿੱਧੀ ਦਾ ਵੀ ਘੱਟ ਪਤਾ ਲੱਗਦਾ। ਅਤੇ ਆਹ ਦੇਖੋ, ਪੇਂਟ ਇਸ ਤਰ੍ਹਾਂ ਦੋਨੋਂ ਸਾਈਡ ਹੀ, ਇੱਧਰਲੀ ਸਾਈਡ ਵੀ ਦੇਖੋ। ਠੀਕ ਹੈ, ਇਹ ਚਾਰੋਂ ਸਾਈਡ ਹੀ ਵੈਸੇ ਪਾਇਆ ਹੈਗਾ ਸੂਟ ਦੇ ਨਾਲ ਦੇ। ਨੈਵੀ ਕਲਰ ਦੇ ਆਪਾਂ ਇੱਥੇ ਫਲਾਵਰ ਪਾਏ ਅਤੇ ਸੂਟ 'ਚ ਦੁਪੱਟੇ ਦੇ ਨਾਲ ਦੇ ਆਪਾਂ ਫਿਰੋਜੀ ਕਲਰ ਦੇ ਫਲਾਵਰ ਬਣਾਏ। ਠੀਕ ਹੈ ਜੀ, ਇਹਦੇ ਆਪਾਂ ਪੱਲਿਆਂ 'ਤੇ ਵੀ ਪੇਂਟ ਹੈਗਾ, ਮਤਲਬ ਇਸ ਤਰ੍ਹਾਂ ਫੋਰ ਸਾਈਡ ਹੈਗਾ, ਇਸ ਤਰ੍ਹਾਂ ਵੇਲ ਬਣੀ ਹੈ। ਠੀਕ ਹੈ ਜੀ, ਅਤੇ ਬਾਕੀ ਅਗਰ ਜਿਵੇਂ ਡਿਜ਼ਾਇਨ ਪਸੰਦ ਆਉਂਦਾ ਤਾਂ ਆਪਦਾ ਸਟੱਫ ਦੱਸ ਸਕਦੇ, ਕਿਹੜੇ ਸਟੱਫ 'ਤੇ ਉਹਨਾਂ ਨੇ ਕਰਵਾਉਣਾ, ਫਿਰ ਉਸਦੇ ਅਕੋਰਡਿੰਗ ਪ੍ਰਾਈਜ਼ ਹੋ ਜਾਂਦਾ ਹੈ। ਠੀਕ ਹੈ ਜੀ, ਇਹ ਸਟੱਫ ਉਹਨਾਂ ਦਾ ਆਪਦਾ ਸੀਗਾ, ਮੈਂ ਓਨਲੀ ਪੇਂਟਿੰਗ 1200 ਦੀ ਪੇਂਟਿੰਗ ਕੀਤੀ ਹੈ, ਦੁਪੱਟੇ 'ਤੇ ਅਤੇ ਫਰੋਕ 'ਤੇ ਘੇਰੇ ਦੇ ਉੱਪਰ। ਅਤੇ ਇਹ ਵਾਲਾ ਵੀ ਨੈਵੀ ਕਲਰ ਦਾ ਕੋਟਨ ਦੇ ਵਿੱਚ ਸਟੱਫ ਹੈਗਾ ਅਤੇ ਇਹ ਐਮਬਰੋਇਡਰੀ ਕੀਤੀ ਹੋਈ ਹੈ, ਆਹ ਬਾਜੂ ਉੱਪਰ ਹੈਗੇ। ਠੀਕ ਹੈ ਜੀ, ਅਤੇ ਇਹਦੇ ਘੇਰੇ ਦੇ ਉੱਪਰ ਵੀ ਸੇਮ ਇੱਦਾਂ ਹੀ ਬਣਾਇਆ। ਦੋਨੋਂ ਚਾਕਾਂ ਦੇ ਨਾਲ, ਠੀਕ ਹੈ ਜੀ, ਇਹ ਘੇਰਾ ਹੈ, ਮਤਲਬ 20 ਇੰਚ ਘੇਰਾ ਰੱਖ ਕੇ ਅਤੇ ਦੋਨੋਂ ਸਾਈਡ ਇਹ ਐਮਬਰੋਇਡਰੀ ਕੀਤੀ ਹੈ। ਉਹ ਬਾਜੂ ਸੀਗੀ, ਇਹ ਓਨਲੀ ਸ਼ਰਟ ਵਰਕ ਕਰਵਾਈ ਹੈ, ਨੈਵੀ ਕਲਰ ਦਾ ਸੂਟ ਹੈ। ਦੇਖੋ, ਤਿੰਨ ਕਲਰ ਇਹਦੇ ਵਿੱਚ ਆਪਾਂ ਬਣਾਏ ਹੈਗੇ, ਕੋਟਨ ਦਾ ਸੂਟ ਹੈ ਇਹ ਵਾਲਾ। ਇਹ ਕਰੇਪ ਹੈਗੀ ਹੈ, ਪਿਓਰ ਕਰੇਪ, ਪਿਓਰ ਵੀ ਨਹੀਂ, ਇੱਕ ਕਮੈਂਟ ਆਇਆ ਸੀਗਾ ਵੀ ਪਿਓਰ ਕਰੇਪ ਤਾਂ 4500 ਦੀ ਆਉਂਦੀ ਹੈ ਅਤੇ ਤੁਸੀਂ ਪਤਾ ਨਹੀਂ ਕਿਹੜੀ ਕਰੇਪ ਲੈਂਦੇ ਹੋ। ਇਹ ਇਹਨੂੰ ਪਿਓਰ ਨਹੀਂ ਕਹਿ ਸਕਦੇ ਆਪਾਂ, ਵੀ ਇਹ ਹੈ ਪਿਓਰ ਵਰਗੀ, ਜਿਵੇਂ ਪੂਰੀ ਸੋਫਟ ਹੁੰਦੀ ਹੈ, ਪਰ ਇਹ ਆਪਣੇ ਬਜਟ ਦੇ ਅਕੋਰਡਿੰਗ ਵੀ ਆਪਾਂ ਕਹਿ ਸਕਦੇ ਹਾਂ ਵੀ ਜ਼ਿਆਦਾ ਹਰ ਕੋਈ 4500 ਦੀ ਰੇਂਜ ਤੱਕ ਨਹੀਂ ਕਰਵਾਉਂਦਾ, ਹੈ ਨਾ, ਵੀ ਆਪਾਂ 4500 ਦਾ ਸਟੱਫ ਲਵਾਂਗੇ, ਉਸ ਤੋਂ ਬਾਅਦ ਉੱਪਰ ਪੇਂਟਿੰਗ ਵਰਕ ਦਾ ਵੀ ਹੋ ਜਾਂਦਾ। ਅਤੇ ਜੇ ਆਪਾਂ ਇਹਨੂੰ ਆਪਣੇ ਬਜਟ ਦੇ ਆਪਾਂ ਅਕੋਰਡਿੰਗ ਕਰਨਾ, ਤਾਂ ਇਹ ਸੈਮੀ ਕਰੇਪ ਤੋਂ ਵੀ ਵਧੀਆ ਹੈਗੀ ਹੈ ਅਤੇ ਪਿਓਰ ਕਰੇਪ ਤੋਂ ਥੋੜ੍ਹੀ ਜਿਹੀ ਲੋਅ ਹੁੰਦੀ ਹੈ, ਪਰ ਇਹ ਇਸ ਤਰ੍ਹਾਂ ਨਹੀਂ ਆਪਾਂ ਕਹਿ ਸਕਦੇ ਵੀ ਇਹਦਾ ਕੱਪੜਾ ਆਪਾਂ ਨੂੰ ਵੀ ਆਪਣੇ ਬਜਟ ਦੇ ਅਕੋਰਡਿੰਗ ਵਧੀਆ ਹੁੰਦਾ। ਬਹੁਤ ਹੀ ਸੋਫਟ ਹੁੰਦੀ ਹੈ ਕਰੇਪ ਅਤੇ ਇਹ ਆਉਂਦੀ 1200 ਦੀ ਰੇਂਜ ਤੱਕ। ਠੀਕ ਹੈ ਜੀ, ਤਾਂ ਕਰਕੇ ਇਹ ਮੈਂ ਤੁਹਾਨੂੰ ਥੋੜ੍ਹਾ ਦੱਸਣਾ ਚਾਹੁੰਦੀ ਹਾਂ ਵੀ ਇਹ 1200 ਦੀ ਰੇਂਜ ਦੀ ਕਰੇਪ ਆਉਂਦੀ ਹੈ ਅਤੇ ਇਹ ਆਪਾਂ ਨੂੰ ਜਿਵੇਂ ਬਾਕੀ ਡਿਜ਼ਾਇਨ ਦੇ ਅਕੋਰਡਿੰਗ ਹੁੰਦਾ ਵੀ ਆਪਾਂ ਪੇਂਟ ਕਿੰਨੀ ਕੁ ਹੈਵੀ ਕਰਵਾਉਣਾ ਹੈ ਜਾਂ ਲਾਈਟ ਕਰਵਾਉਣਾ ਹੈ, ਹੈ ਨਾ, ਅਤੇ ਉਸ ਦੇ ਅਕੋਰਡਿੰਗ। ਅਤੇ ਜਿਹੜਾ ਆਪਣੇ ਕੋਲ ਔਰਗੈਂਜ਼ਾ ਹੁੰਦਾ ਉਹ ਪਿਓਰ ਔਰਗੈਂਜ਼ਾ ਹੁੰਦਾ, ਉਹਦੇ 'ਚ ਕੋਈ ਡਾਊਟ ਨਹੀਂ ਹੈ। ਬਸ ਕਰੇਪ ਦਾ ਥੋੜ੍ਹਾ ਜਿਹਾ ਦੱਸਣਾ ਸੀਗਾ ਵੀ ਇਹ 1200 ਦੀ ਕਰੇਪ ਆਉਂਦੀ ਹੈ ਅਤੇ ਜੇ ਆਪਾਂ ਜ਼ਿਆਦਾ ਹੈਵੀ ਕਰਵਾਉਣਾ ਹੈ ਤਾਂ ਉਹ 4500 ਦੀ ਰੇਂਜ 'ਚ ਵੀ ਆਪਾਂ ਲੈ ਸਕਦੇ ਹਾਂ। ਬਾਕੀ ਉਹਦੇ ਅਕੋਰਡਿੰਗ ਇਹ ਜ਼ਿਆਦਾ ਮਤਲਬ ਮਹਿੰਗਾ ਹੋ ਜਾਂਦਾ ਸੂਟ ਉਹ ਫਿਰ, ਹੈ ਨਾ। ਅਤੇ ਇਹ ਵਾਲਾ, ਹਾਂਜੀ, ਇਹ ਕਰੇਪ ਦਾ ਸੂਟ ਹੈਗਾ ਅਤੇ ਇਹਦੇ ਉੱਪਰ ਘੇਰੇ ਘੇਰੇ 'ਤੇ ਪੇਂਟਿੰਗ ਹੋਈ ਹੈ, ਇਹ ਬੰਚਸ ਬਣਾਏ ਆਪਾਂ, ਅਤੇ ਬਾਜੂ 'ਤੇ ਵੀ ਇੱਕ ਇੱਕ ਫਲਾਵਰ ਆਊਗਾ। ਬਾਕੀ ਦੁਪੱਟਾ ਇਹਦੇ ਨਾਲ ਸੈਮੀ ਦਾ ਹੈਗਾ, ਉਹਦੇ ਉੱਤੇ ਵੀ ਆਪਾਂ ਇੱਕ ਇੱਕ ਫਲਾਵਰ ਬਣਾਵਾਂਗੇ। ਦੁਪੱਟਾ ਹਜੇ ਰੈਡੀ ਨਹੀਂ ਹੈ, ਸਿੰਗਲ ਫਲਾਵਰ ਹੈ, ਮਤਲਬ ਸਾਰੇ ਦੁਪੱਟੇ 'ਚ ਕਿਤੇ ਕਿਤੇ। ਠੀਕ ਹੈ ਜੀ, ਇਹ ਕਰੇਪ ਦਾ ਹੀ ਸੂਟ ਹੈ ਅਤੇ ਲਾਈਟ ਸਕਾਈ ਕਲਰ ਦਾ ਹੈਗਾ। ਇੱਕ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ, ਬਹੁਤ ਹੀ ਪਿਆਰਾ ਕਲਰ ਹੈ ਇਹ ਵਾਲਾ, ਪਿਓਰ ਚਨੂਨ ਦਾ ਹੈਗਾ ਸੂਟ। ਇਹਦੇ ਘੇਰੇ ਦੇ ਉੱਪਰ ਅਤੇ ਨੈਕ ਡਿਜ਼ਾਇਨ ਹੈਗਾ, ਆਹ ਦੇਖੋ। ਬਸ ਜਿਹੜਾ ਪਹਿਲਾਂ ਤੁਹਾਨੂੰ ਡਿਜ਼ਾਇਨ ਦਿਖਾਇਆ ਉਹਨੂੰ ਥੋੜ੍ਹਾ ਜਿਹਾ ਹੈਵੀ ਕੀਤਾ। ਠੀਕ ਹੈ ਜੀ, ਇਹ ਵਾਲਾ
डिजाइन एक घेरे के उपर आ गया। ये उपर हजे थोड़ा जहा कम रहा भी ये जी फ्लावर की आउटलाइन है ये स्पार्कल कलर भी करनी है आपको। तो ये वाला नैक मतलब डिजाइन हैगा उपर देखो ठीक है। ये नाल मल कंट्रास्ट दुपट्टा है मैं दूसरा पिंक कलर का तो ये वर्क किया हुआ दुपट्टा है। ये आप फ्लावर बनाए कि मतलब सारे दुपट्टे च ही ये फ्लावर येलो कलर उस कलर दे शर्ट नाल दी फ्लावर है कि देखो सारे दुपट्टे च फ्लावर बनाइए ठीक है। ये स्टफ उन्हों का आपका सी जिन्होंने पेंट करवाए। एक आप बेडशीट रेडी की है ये ब्लॉक पेंटिंग ते ब्रश पेंटिंग मिक्स हैगा देखो आप फोर साइड इधरली जिवें ब्लॉक लाई हैगे ते सेंटर दे विच छोटा फ्लावर है ये हैगा पिलो दोनों ठीक है सेम दोनों बनाए। तो ये बैडशीट है बैडशीट दे आप घेरे है जी वो डबल किए है ब्लॉक मतलब दो लाइन बनाई है ब्लॉक दिया देखो जिमें एक तो पूरा इधरली साइड पूरा उपर तक भी ब्लॉक लगाए है ठीक है। उस तो बाद थोड़ा जहा जिमें स्पेस छड़ के ते आ वाले सेंटर दे विच उन्हें अद करके ते उस तो बाद जिहड़ा बिल्कुल सेंटर हैगा उहदे च देखो एक फ्लावर बनाया वड्डा सारा सेंटर च देखो ठीक है जी। ये इस साइड आऊगा ये सेंटर वाला फ्लावर है मतलब इस तरह आ जाऊगी आ देखो ब्लॉक आ जाएंगे ठीक है डबल आ सेंटर दे विच एक फ्लावर आऊगा ये डिजाइन ये बैडशीट भी ये वधिया वाली बॉम्बे डाइन हैगी ना ये मतलब 1000 रुपये की बैडशीट ही आती है वधिया स्टफ हैगा इहदा ते बाकी अपनी अकॉर्डिंग हुंदा आपां ठीक नॉर्मल भी लै सकते हैं बैडशीट। तो दस्सो किवें लगे डिजाइन बैडशीट दे भी ते पेंटिंग दे भी ते बाकी वीडियो नूं ज़्यादा तो ज़्यादा शेयर करो लाइक करो सबसक्राइब भी कर लियो ते चैनल नूं ते कमेंट करके दस्सो किवें लगी। ओके सत श्री अकाल।